ਜੀ ਹਾਂ ਦੋਸਤੋ, ਕੀ ਹਾਲ ਚਾਲ ਆ? ਆਪਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੁਹਾਡੇ ਲਈ ਮੂਵੀ ਲੈ ਕੇ ਅੰਗਰੇਜ਼ ਦਾ ਸੈਕੰਡ ਪਾਰਟ। ਹੋਪਫੁਲੀ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਵਧੀਆ। ਤੇ ਪਹਿਲਾਂ ਇੱਕ ਬਣਾਈ ਆ ਕੈਰੀ ਔਨ ਜੱਟਾ ਦਾ ਥਰਡ ਪਾਰਟ ਹਨ, ਤੇ ਨਾਲ ਦੀ ਨਾਲ ਆਪਾਂ ਬਣਾਏ ਪਰੌਂਠੇ। ਤੇ ਪਹਿਲਾਂ ਪਹਿਲਾਂ ਨਹੀਂ ਸੀ ਮੈਂ ਕਦੇ ਬਣਾਉਂਦਾ ਹੁੰਦਾ, ਤੇ ਕੋਈ ਯਾਰ ਦੋਸਤ ਦੀ ਕੋਈ ਹੈਲਪ ਆ ਗਈ ਤਾਂ ਆ ਗਈ ਯਾਰ ਦੋਸਤ ਲੈ ਹਨ, ਤੇ ਪਰ ਅੱਜ ਕੱਲ੍ਹ ਮੈਂ ਆਪਣੇ ਮੋਸਟਲੀ ਕੰਮ ਮੈਂ ਆਪ ਹੀ ਕਰਦਾ। ਝੂਠ ਨਹੀਂ ਕਰਦਾ ਝੂਠ। ਸੋ ਕੀ ਕਹਿੰਦੇ ਹੁੰਦੇ ਆ, ਐਨੀਵੇ ਫਾਲਤੂ ਗੱਲਾਂ ਚ ਲੱਗ ਜਾਂਦਾ ਕੰਮ ਮੈਂ। ਆਪਾਂ ਕਰਦੇ ਹਾਂ ਅੰਗਰੇਜ਼ ਮੂਵੀ ਦਾ ਸੈਕੰਡ ਪਾਰਟ ਸ਼ੁਰੂ, ਤੇ ਤੁਸੀਂ ਕਰੋ ਸਬਸਕ੍ਰਾਈਬ ਤੇ ਨਾਲੇ ਦਿਓ ਸਪੋਰਟ ਪਲੀਜ਼, ਆਪਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ। ਚਲੋ ਜੀ ਦੇਖੀਏ ਮੂਵੀ, ਜਿੱਥੋਂ ਸਲਾਨ ਕਰਦੇ ਸੀਗੇ ਭੂਆ ਦੇ ਪਿੰਡ ਜਾ ਕੇ ਰਿਸ਼ਤੇ ਦੀ ਗੱਲ ਕਰਨ ਦੀ। ਆ ਜਾਓ ਕਰੀਏ ਭੂਆ ਦੇ ਪਿੰਡ ਚੱਲੀਏ, ਨਾਲੇ ਮਾੜੋ ਨਾ ਵਿਆਹ ਦੀ ਗੱਲ ਕਰ ਲਾਂਗੇ। ਪਰ ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ, ਸਾਡੇ ਚ ਭੂਆ ਦੇ ਪਿੰਡ ਵਿਆਹ ਹੋ ਜਾਂਦਾ, ਤੁਹਾਡਾ ਤਾਂ ਮੈਨੂੰ ਪਤਾ ਨੀ, ਸਾਡਾ ਤਾਂ ਭੂਆ ਦੇ ਘਰੇ ਵੀ ਹੋ ਜਾਂਦਾ। ਹਾਂ ਯਾਰ ਆਪਣੇ ਆਪਣੇ ਸੂਲ ਆ, ਸਾਡੇ ਆਪਣੇ ਪਿੰਡ ਨੀ ਹੁੰਦਾ, ਜਿੱਥੇ ਭੈਣ ਵਿਆਹੀ ਉੱਥੇ ਨੀ ਹੁੰਦਾ, ਮਾਸੀ ਦੇ ਪਿੰਡ ਪੱਕਾ ਪਤਾ ਨੀ। ਤੇ ਉਹੀ ਤਾਂ ਗੱਲ ਮੈਂ ਪਿਛਲੀ ਪਿਛਲੇ ਪਾਰਟ ਦੇ ਵਿੱਚ ਕਿਹਾ ਸੀ, ਜਿੱਥੇ ਭੂਆ ਵਿਆਹੀ ਉਹ ਕੁੜੀ ਹੋਈ ਆ, ਤੇਰੀ ਤਾਂ ਭੂਆ ਤੇਰੇ ਪਿਓ ਦੀ ਤਾਂ ਭੈਣ ਹੋਈ। ਅੱਗੇ ਤਾਂ ਇਹ ਹੁੰਦਾ ਸੀਗਾ, ਉੱਥੇ ਪੂਰੇ ਪਿੰਡ ਚੋਂ ਨਹੀਂ ਸੀ ਮੁੰਡਾ ਵਿਆਹੁੰਦੇ ਹੁੰਦੇ, ਕਹਿੰਦੇ ਹੁੰਦੇ ਨਹੀਂ ਵੀ ਫਲਾਣਿਆਂ ਦੀ ਕੁੜੀ ਉਸ ਪਿੰਡ ਵਿਆਹੀ ਹੋਈ ਆ, ਉੱਥੇ ਮੁੰਡਾ ਨਹੀਂ ਵਿਆਹੁਣਾ, ਕੁੜੀ ਵਿਆਹ ਸਕਦੇ ਹੁੰਦੇ ਸੀਗੇ, ਮੁੰਡਾ ਨਹੀਂ ਸੀ ਵਿਆਹੁੰਦੇ ਹੁੰਦੇ, ਜਿੱਥੇ ਮੁੰਡਾ ਵਿਆਹ ਆ ਉੱਥੇ ਕੁੜੀ ਨਹੀਂ ਸੀ ਵਿਆਹੁੰਦੇ ਹੁੰਦੇ, ਤੇ ਉੱਥੇ ਸਿਰਫ ਮੁੰਡਾ ਹੀ ਵਿਆਹ ਸਕਦੇ ਆ, ਕੁੜੀ ਨਹੀਂ ਵਿਆਹ ਸਕਦੇ ਹੁੰਦੇ, ਹਨਾ। ਤੇ ਪਤਾ ਨੀ ਯਾਰ, ਬਾਹਲੀ ਆਪਣਾ ਇੰਨਾ ਵਧੀਆ ਰਿਚ ਕਲਚਰ ਮੂਵੀਆਂ ਵਾਲੇ ਵੀ ਭੋਰੀ ਜਾਂਦੇ ਆ ਯਾਰ, ਇਹਨਾਂ ਨੂੰ ਤਾਂ ਘੱਟੋ ਘੱਟ ਅਸਲੀਅਤ ਦਿਖਾਉਣੀ ਚਾਹੀਦੀ ਆ ਨਾ। ਤੁਹਾਡਾ ਕੀ ਮੰਨਣਾ ਹਨਾ, ਕਮੈਂਟ ਕਰਕੇ ਦੱਸਿਓ ਪਲੀਜ਼। ਭੂਆ ਦੇ ਪਿੰਡ ਯਾਰ, ਭੂਆ ਦੇ ਪਿੰਡ ਹੋ ਹੀ ਜਾਂਦਾ ਹੋਣਾ, ਸਾਡੇ ਫੁੱਫੜ ਦਾ ਵੀ ਤਾਂ ਹੋਇਆ ਹੀ ਆ, ਉਹ ਭੂਆ ਦੇ ਪਿੰਡ ਹੋ ਜਾਂਦਾ ਯਾਰ। ਉਹ ਚੱਲ ਚੱਲੀਏ ਮਾੜੂ ਨੂੰ ਮਿਲ ਕੇ, ਮਾੜੂ ਨੂੰ ਵਿਆਹ ਲਈ ਮਨਾਈਏ। ਉੱਥੇ ਤੇਰੀ ਵੱਡੀ ਭੂਆ, ਵੱਡੀ ਭੂਆ ਤੇ ਹੋ ਜਾਂਦਾ, ਵੱਡੀ ਭੂਆ ਦੇ ਪਿੰਡ ਵੀ ਹੋ ਜਾਂਦਾ, ਚੱਲੀਏ। ਚੱਲ ਚੱਲ ਨਿਆਣੇ ਪੈ ਗਏ ਭੂਆ। ਹਾਂ ਤੜਕੇ ਮੂੰਹ ਨੇ ਰਹਿਣਾ ਜਦੋਂ ਕੁੱਕੜ ਬੰਗ ਜਾਂਦਾ, ਤੇ ਬਾਪੂ ਦਾ ਜਾਂਦਾ ਜੰਗਲ ਪਾਣੀ ਨੂੰ, ਤੇ ਉਹ ਜਾਂਦੀ ਕੋਹਾ ਕੂੜਾ ਸੁੱਟਣ, ਉੱਥੇ ਜਾ ਕੇ ਤੇ ਆਪਾਂ ਵਿਆਹ ਦੀ ਗੱਲ ਕਰ ਲੈਣੀ। ਹਾਂ ਠੀਕ, ਪਰ ਗੱਲ ਸੁਣ, ਜੇ ਕੱਲ੍ਹ ਕੁੱਕੜ ਨਾ ਉੱਠਿਆ ਫੇਰ? ਕੁੱਕੜ ਦਾ ਤੇ ਪਤਾ ਨੀ, ਆਪਾਂ ਨਾ ਸੁੱਤੇ ਰਹਿ ਜੀ। ਗੱਲ ਸੁਣ, ਕੱਲ੍ਹ ਨੂੰ ਕੁੱਕੜ ਪਹਿਲਾਂ ਬਾਗ ਦਊਗਾ, ਪਰ ਕੁੱਕੜ ਨਾਲ ਗੱਲ ਕੌਣ ਕਰੂ? ਯਾਰ ਮੇਰੇ ਪੱਕਾ ਕੀ ਕਰੋ ਜੀ ਯਾਰ, ਦਿਮਾਗ ਸੁੱਜ ਗਿਆ ਤੇਰਾ, ਕੁੱਕੜ ਬਾਗ ਦਊਗਾ ਸਵੇਰੇ। ਦਿਨ ਚੜ ਵੀ ਗਿਆ, ਅਜੇ ਹੁਣ ਤਾਂ ਸੁੱਤੇ ਸੀ, ਇਹ ਬੋਲ ਵੀ ਪਿਆ। ਤੂੰ ਹੀ ਗੂੜੀ ਨੀ ਸੁੱਤਾ ਹੋਏਗਾ, ਰੱਬ ਦਾ ਜੀ ਆ ਕੋਈ ਝੂਠ ਥੋੜੀ ਬੋਲਦਾ ਹੋਊ। ਨੀ ਨਾਮੂ ਨੀ ਉੱਠ ਕੇ ਤਾਰਾ ਕੱਢ ਲੈ, ਬਹੁਤਾ ਤੜਕਾ ਹੋ ਗਿਆ। ਨੀ ਮਿੰਦੋ ਨੀ ਆ ਦੁੱਧ ਜਮਦਾਣੀ ਪਾ ਲੈ ਪੁੱਤ, ਟੁੱਟ ਜਾਣਾ, ਤੜਕੇ ਤੜਕੇ ਬੋਲ ਪੈਂਦਾ, ਕਿਸੇ ਦਿਨ ਵੱਢ ਕੇ ਬਣਾਉਂਗੀ ਇਹਨੂੰ, ਮੂਰੀ ਨੇ ਠਾਲ ਦਿੰਦਾ। ਮੜੋ ਬੰਦਾ ਕਿੱਥੇ, ਉਹ ਵੀ ਦੇਖੋ ਕਿੰਨੇ ਪਿਆਰੇ ਜਿਹੇ ਦਿਨ ਹੁੰਦੇ ਸੀਗੇ, ਮੈਨੂੰ ਵੀ ਪਤਾ, ਮੈਂ ਵੀ ਇੰਨਾ ਕੱਲ੍ਹ ਦਾ ਜਵਾਕ ਨੀਗਾ ਵੀ ਕੁੱਕੜ ਦੇ, ਸੱਚੀ ਗੱਲ ਆ ਨਾ ਵੀ ਕੁੱਕੜ ਦੇ ਬੋਲਿਆਂ ਦੀ ਉੱਠ ਖੜੀ ਦਾ ਹੁੰਦਾ ਸੀਗਾ, ਬਹੁਤ ਬੜੇ ਛੋਟੇ ਛੋਟੇ ਸੀਗੇ, ਤੇ ਉਦੋਂ ਵੀ ਪਤਾ ਹੁੰਦਾ ਸੀਗਾ ਵੀ ਉਹ ਗਵਾਂਢੀਆਂ ਨੇ ਕੁੱਕੜ ਰੱਖੇ ਹੋਏ ਆ, ਜਦੋਂ ਅਗਲੇ ਨੇ ਬਾਂਗ ਦਿੱਤੀ ਤੇ ਨਾਲ ਹੀ ਵੀ ਚੱਲ ਉੱਠਣ ਲੱਗ ਜਾਂਦੇ ਹੁੰਦੇ ਸੀਗੇ ਹਨਾ, ਵੀ ਜਿਹੜੇ ਹਾਲੀ ਸੀਗੇ
ਹਲ ਚੱਕ ਕੇ ਤੁਰ ਪੈਂਦੇ ਹੁੰਦੇ ਸੀਗੇ, ਤੇ ਕੋਈ ਮੱਝਾਂ ਲੈ ਕੇ ਖੋਲ ਕੇ ਤੁਰ ਪਿਆ, ਕੋਈ ਹਵੇਲੀ ਵੱਲ ਨੂੰ ਤੁਰ ਪਿਆ, ਕੋਈ ਕੁਛ, ਹੈ ਨਾ। ਫਿਰ ਅਲਾਰਮ ਆਏ, ਘੜੀ ਹੁੰਦੀ ਸੀਗੀ ਉਹਦੇ ਵਿੱਚ ਕੁੱਕੜ ਦੀ ਜਿਹੜੀ ਆ ਬਾਂਗ ਹੁੰਦੀ ਆ, ਹੈ ਨਾ, ਤੇ ਘੜੀ ਦੇ ਵਿੱਚ ਵੀ ਉਹੀ ਅਲਾਰਮ ਵੱਜਦਾ ਹੁੰਦਾ ਸੀਗਾ, ਕੁੱਕੜਕੜੂ। ਤੇ ਬੜੇ ਪਿਆਰੇ ਜਿਹਾ ਦਿਨ ਸੀਗੇ ਯਾਰ, ਕਿਊਟ ਜਿਹਾ, ਲੋਕ ਵੀ ਭੋਲੇ ਸੀ। ਚੱਲੀ ਨੇ ਪਾਲਾਂਗੇ। ਬੜਾ ਕਹਿਣਾ ਚਾ ਪਿੰਡ ਕੁੱਕੜ ਦੇ, ਬਾਂਗ ਵੀ ਤੇ ਤੇਰੀ ਹੋਕੇ ਵਰਗੀ ਸੀ। ਜੇ ਹੁਣ ਜੰਗਲ ਪਾਣੀ ਗਿਆ ਨੂੰ ਆਇਆ ਨਾ, ਇਹਨਾਂ ਨੇ ਸਰਬ ਸੰਮਤੀ ਨਾਲ ਕੁੱਕੜ ਦੇ ਚਪੇੜਾਂ ਮਾਰਨੀ। ਸਿਆਣੇ ਬੰਦੇ ਨੇ ਦੱਸਿਆ ਵੀ ਐਵੇਂ ਨੀ ਟੱਕਰਾਂ ਮਾਰਦਾ ਫਿਰਦਾ, ਇਹਦਾ ਵਿਆਹ ਕਰ ਦੋ। ਵਿਆਹ ਕੀਤਾ ਛੱਡੀ ਬੈਠਾ ਸੀ। ਮੇਰੀ ਮਾਸੀ ਦੀ ਕੁੜੀ ਬੜਾ ਹੀ ਸੋਹਣੀ ਆ। ਜੇ ਕਹੇ ਤਾਂ ਗੱਲ ਤੋਰਾ। ਵੈਸੇ ਤਾਂ ਮੇਰੀ ਭੂਆ ਦੀ ਕੁੜੀ ਵੀ ਬੜਾ ਹੀ ਸੋਹਣੀ ਆ। ਰਹਿੰਦੇ ਰਹਿੰਦੇ ਹੋ, ਮੈਨੂੰ ਪਤਾ ਤੁਸੀਂ ਮੇਰੀ ਜ਼ਮੀਨ ਦਾ ਬੰਨੂ ਫਿਰਦੀ ਆ, ਮੈਂ ਤਾਂ ਕੁੜੀ ਲੱਭੀ ਫਿਰਦਾ। ਕੀ ਕਿਹਾ ਤੂੰ? ਕੀ ਕਿਹਾ ਮੈਂ? ਕੀ ਕੁੜੀ? ਕੀ ਉਹ ਕੁੜੀ ਗਿਜਾ? ਕਿਤੇ ਤੇਰੀ ਕਿਸੇ ਕੁੜੀ ਨਾਲ ਲਾਗ ਡਰਦਾ ਨੀ? ਲਾਗ ਡਰਨੀ ਭਾਬੀ, ਗੱਲਬਾਤ ਹੁੰਦਾ। ਲਹਣ ਬੇਬੇ ਦੇ ਸਾਹਮਣੇ ਮੈਂ ਗੱਲਬਾਤ ਕਿਵੇਂ ਆ? ਗੱਲਬਾਤ ਕੀ ਪੁੱਤ? ਗੱਲਬਾਤ ਨੀ ਬੇਬੇ, ਪਿਆਰ। ਪਿਆਰ? ਹਾਂ ਮਾਰ ਕੇ ਨਹੀਂ, ਮੈਨੂੰ ਠੀਕ ਹੈ। ਤੇ ਉਹ ਨਹੀਂ ਇੱਕ ਲੜਾ ਚੋਪਿਆ ਮੇਰੇ ਕੋਲ ਚੋਪੜ ਕੇ ਖੇਡ ਕੇ ਮੱਝਾਂ ਨੂੰ ਹੋਣ ਜਾਂਦਾ। ਤੂੰ ਆਪਦਾ ਬਾਪੂ ਪਿੰਡ ਚ ਹੈ,
ਖਾ ਕੇ ਬੈਠੀ ਆ। ਹੱਥ ਪਾਸੇ ਕਰ, ਪੱਟੀਆਂ ਤਰ੍ਹਾਂ ਪਾਣੀ। ਬੇਬੇ ਤੂੰ ਗੱਲ ਸਮਝ ਗਈ? ਵੇ ਪਾਸੇ ਹੋ ਜਾਵੇ, ਮੈਨੂੰ ਸੰਗ ਲੱਗਦੀ ਹੈ ਤੈਥੋਂ। ਗੱਜੇ ਬਾਹਰ ਆ, ਗੱਲ ਸੁਣ ਮੇਰੀ। ਬੇਬੇ ਮੂੰਹ ਦਿਖਾ ਦੇ, ਮੈਂ ਗਲਤ ਮੁੰਡਾ ਨਹੀਂ ਆ। ਵੇ ਗਲਤ ਤਾਂ ਮੈਂ ਆ ਜਿਹੜੀ ਤੈਨੂੰ ਚੁੱਪ ਬੈਠੀ। ਇੱਥੇ ਬਹਿ ਵੇ, ਚੁੱਪ ਨਾ ਜਾ, ਨਹੀਂ ਦੁੱਧ ਲਿਆ ਤੱਤਾ ਕਰਕੇ। ਬੇਬੇ ਨੂੰ ਤਾਰਾ ਪਿਆ, ਤੁਸੀਂ ਦੰਦ ਕਰਦੇ ਹੋ। ਪਾਪੀ ਉਹੋ ਜਿਹੀ ਗੱਲ ਨਹੀਂ ਹੈ ਕੋਈ, ਇਹ ਪਾਕ ਮੁਹੱਬਤ ਆ। ਵੇ ਲੱਗਦਾ ਤਾਂ ਹੈ ਨਹੀਂ ਮਿਸ ਨੇ ਜੇ ਇਹੋ ਜਿਹਾ, ਹਾਂ ਨਾ ਕਿਹੋ ਜਿਹੀ ਦਿਖਦੀ ਹੈ। ਉਹ ਪਵਿੱਤਰ ਤੋਂ ਤੇ ਮਾੜੀ ਜਿਹੀ ਘੱਟ ਹੀ ਹੈ। ਭਾਬੀ ਨਾਲ ਮਸਕਰੀਆਂ। ਚੱਲ ਕੋਈ ਨਾ, ਮੈਂ ਆਪੇ ਵਿੱਚ ਵਿਚੋਲਾ ਪਾ ਕੇ ਤੇਰਾ ਵਿਆਹ ਕਰਾ ਦਵਾਂ। ਹੈ ਭਾਬੀ, ਜੇ ਕਿਤੇ ਐਂ ਕਰਦੇ ਨਾ ਤੇ ਆਪਾਂ ਸਾਰਾ ਟੱਬਰ ਨਾ ਨਨਕਾਣਾ ਸਾਹਿਬ ਮੱਥਾ ਟੇਕ ਆਵਾਂਗੇ। ਪਰ ਗੱਲ ਸੁਣ, ਅੱਜ ਤੋਂ ਬਾਅਦ ਨਾ ਤੂੰ ਕੁੜੀ ਵੀ ਨਹੀਂ ਨਾ ਜਾਈ। ਜੇ ਐਵੇਂ ਕੋਈ ਉੱਨੀ ਕੀ ਹੋ ਗਈ ਨਾ, ਨਾਲੇ ਆਪਣੇ ਟੱਬਰ ਦਾ ਮਾਰਨ ਹੋ ਜਾਓ, ਨਾਲੇ ਉਹਨਾਂ ਦੇ ਦਾ। ਸਮਝ ਗਿਆ ਨਾ? ਭਾਬੀ ਤੂੰ ਹੌਸਲਾ ਦੇ ਰਹੀ ਕਿ ਡਰਾ ਰਹੀ ਮੈਨੂੰ? ਨਹੀਂ ਜਾਂਦਾ। ਥੋੜਾ ਗੋਹਾ ਲੱਗਿਆ ਨਾ। ਚੱਲ ਕੋਈ ਨਾ, ਕਰਦੀ ਆ ਮੱਝਾਂ। ਆ ਚੰਗਾ ਕੀਤਾ ਤੂੰ, ਲੱਡੂ ਤੇ ਖਾ ਗਈ ਜਬੜ ਜਬੜ, ਹੱਥੇ ਫੜ ਲੈਂਦੇ। ਪਤਾ ਨਹੀਂ ਕਿਹੋ ਜਿਹਾ ਜ਼ਹਿਰ ਹੈ,
ਕਿਸਮ ਦਾ ਸੱਪ ਨਿਕਲਿਆ। ਕਾਕਾ ਬਈ ਬਸ ਕਰੋ, ਚਲੋ ਵੀ ਚਲੋ, ਆ ਦੂਜਾ ਬੰਦਾ ਦੋਏ ਥੱਲੇ ਸੱਟ ਕਰੋ। ਹਕੀਮ ਜੀ ਕੀ ਹੋਇਆ ਬਾਪੂ ਨੂੰ? ਮੇਰਾ ਹਕੀਮ ਕਿਸ਼ੋਰੀ ਲਾਲ ਦਾ ਤਜਰਬਾ ਕਹਿੰਦਾ ਹੈ ਕਿ ਤੁਹਾਡੇ ਬਾਪੂ ਦੀ ਹੱਡੀ ਬੜੀ ਸਖਤ ਹੈ, ਸੱਪ ਦਾ ਦੰਦ ਵੀ ਅੰਦਰ ਰਹਿ ਗਿਆ ਲੱਗਦਾ। ਉਹ ਵੇਖੋ ਤੁਹਾਡੇ ਬਾਪੂ ਜੀ ਨੂੰ ਹੋਸ਼ ਆ ਰਿਹਾ। ਉਹ ਬਾਬਾ ਸ਼ੁਕਰ ਕਰ, ਤੇਰੀ ਜਾਨ ਬਚ ਗਈ ਹੈ, ਜਵਾਨ ਚਲੀ ਗਈ ਤੇ ਫਿਰ ਕੀ ਹੋਇਆ? ਤੁਹਾਡਾ ਬਾਪੂ ਕੀ ਕਹਿ ਰਿਹਾ? ਪਤਾ ਨੀ, ਮੈਨੂੰ ਲੱਗਦਾ ਕਹਿ ਰਹੇ ਨੇ ਕਿ ਪਿਆਰ ਨਾ ਰਹੋ ਨਹੀਂ ਤੇ ਗੋਲੀ ਮਾਰ ਦੂੰਗਾ। ਨਹੀਂ ਸ਼ੋਰ ਕਹਿ ਰਿਹਾ, ਮੈਨੂੰ ਲੱਗਦਾ ਉਹਨੂੰ ਤੁਹਾਡੇ ਚ ਸੱਪ ਦਿਖ ਰਿਹਾ, ਤੁਸੀਂ ਜਾਓ ਤੇ ਮੈਨੂੰ ਇਹਨਾਂ ਦਾ ਇਲਾਜ ਕਰਨ ਦਿਓ। ਸ਼ੁਕਰੀਆ ਰੱਬਾ, ਇਹਨੂੰ ਕਹਿੰਦੇ ਸੱਪ ਦੋ ਨਿਸ਼ਾਨੇ, ਬਾਪੂ ਜੀ ਵੀ ਬਚ ਗਏ ਆਪਾਂ ਵੀ। ਓ ਭਾਈ ਹੁਣ ਨਾ ਲੈ ਕੇ ਪ੍ਰਸ਼ਾਦ, ਸਾਡੇ ਬਾਪੂ ਨੂੰ ਪਸੰਦ ਨਹੀਂ ਹੈ, ਹੁਣ ਤੂੰ ਜਾ ਛੇਤੀ ਜਾ। ਚਲ ਵਿਆਹ ਤੋਂ ਬਾਅਦ ਹੀ ਫੜੂੰਗਾ। ਚੰਗਾ ਮੜੋ, ਮੇਰੀ ਕੇਸੀ ਮੈਂ ਲੱਤ ਨੂੰ ਮੰਨੀ ਸੀ, ਬਾਅਦ ਚ ਲੈ ਜੀ। ਚਲੋ ਵੀ ਵਿਆਹ ਤੋਂ ਬਾਅਦ ਹੀ ਲੈ ਜੀ ਫਿਰ। ਚਲੋ ਬੰਦੇ ਦਾ ਬਚਾ ਤਾਂ ਹੋ ਗਿਆ ਭਾਈ, ਘਰੇ ਤਾਂ ਬੈਠਾ ਤੁਰਨੋ ਰਹਿ ਗਿਆ ਹੈ। ਚੱਲ ਬਥੇਰਾ ਤੁਰ ਫਿਰ ਲਿਆ, ਹੋਰ ਕਿੰਨਾ ਕੁ ਤੁਰਨਾ ਫਿਰਨਾ ਸੀ। ਆਹੋ ਚੰਗਾ, ਇਹਨਾਂ ਕੀ ਕਹਿੰਦਾ ਵਿਚਾਰੀਆਂ ਨੇ, ਪਤਾ ਨੀ ਕਿਹੜੇ ਮਾੜੇ ਸੁਭਾਅ ਵਾਲੇ ਸੱਪ ਨੇ ਡੰਗਿਆ ਤੈਨੂੰ। ਚੰਗਾ ਜਾਣੇ ਆ ਬੀਬੀ। ਚੰਗਾ ਭਾਈ। ਹਾਂਜੀ ਬਜ਼ੁਰਗੋ, ਤਗੜੇ ਜੇ ਤਗੜਿਆ ਬੁੱਧ ਤਗੜਿਆ। ਅੱਛਾ ਤੇ ਬੇਬੇ ਆਪਣਾ ਰਣਸਿਓ ਲਈ ਜਾਣਾ ਸੀ, ਘਰ ਕਿਹੜੇ ਬੰਨੇ ਉਹਦਾ? ਆ ਰਣਸਿਓ ਦਾ। ਹਾਂ ਬੇਬੇ। ਆ ਸਿੱਧਾ ਜਾ ਕੇ ਆ ਪਹਿਲੇ ਮੋੜ ਤੋਂ ਪੁੱਠਾ ਹੋ ਕੇ ਸਿੱਧਾ ਹੋ ਜੀ। ਬੇਬੇ ਸੱਜੇ ਖੱਬੇ ਸੁਣਿਆ ਪੁੱਠਾ ਹੋ ਕੇ ਸਿੱਧਾ ਹੋ ਜੀ ਕੋਈ? ਬੇ ਪੁੱਤ ਖੱਬੇ ਹੱਥ ਨੂੰ ਪੁੱਠਾ ਹੋ ਕੇ ਸੱਜੇ ਹੱਥ ਨੂੰ ਸਿੱਧਾ ਹੋ ਜੀ। ਅੱਛਾ ਅੱਛਾ ਅੱਛਾ, ਇੱਕ ਤੇ ਬੇਬੇ ਤੁਹਾਡੀ ਬੋਲੀ ਵੀ ਨਾ। ਤੂੰ ਕਿੱਥੋਂ ਆਇਆ ਸ਼ੇਰਾ? ਮੈਂ ਬੇਬੇ ਬਰਸੀ ਵਾਲਾ ਤਾਂ ਆਪਣਾ ਲਾਹੌਰ ਦੇ ਲਾਗੇ ਪਿੰਡ ਆ ਸ਼ੇਖਪੁਰੇ ਲਾਗ। ਆ ਕਿਹਨਾਂ ਦੇ ਘਰ ਦੇ ਪੁੱਤ? ਮੈਂ ਬੇਬੇ ਜੀਤ ਬੋਲੀ ਹੋ। ਜੀਤ ਕੇ ਭੌਂਕਿਆ ਕਿਉਂ? ਹਾਂ ਭੌਂਕਿਆ ਕਿ ਨਹੀਂ ਭੌਂਕਿਆ ਕਿ ਨਹੀਂ? ਬੇ ਉਹ ਤਾਂ ਮੇਰੀ ਮਾਸੀ ਦੀ ਕੁੜੀ ਦੇ ਗਾਂ ਮੁੰਡੇ ਦੇ ਗਾਂ ਉਹਨਾਂ ਦੇ ਸਹੁਰਿਆਂ ਦੇ ਨਾਲ ਆ ਉਹਨਾਂ ਦੇ ਸਕੀਰੀ ਪੈਂਦੀ ਆ। ਅੱਛਾ ਅੱਛਾ ਅੱਛਾ, ਤੂੰ ਤਾਂ ਘਰ ਦਾ ਹੀ ਮੁੰਡਾ ਨਿਕਲਿਆ। ਆ ਜਾ ਆ ਜਾ, ਲੱਸੀ ਪੀ ਜਾ। ਬੇਬੇ ਮੈਂ ਬੜਾ ਮਾਰਾ ਮਗੜਾ ਹੈ। ਬੇ ਪੁੱਤ ਲੱਸੀ ਪੀ ਜਾ, ਕੋੜਾ ਇੱਥੇ ਖੜਾ ਕਰ ਦੇ। ਨਹੀਂ ਮਾਰੋ, ਆ ਲੱਸੀ ਦਾ ਗਲਾਸ ਲੈ ਕੇ ਆਈ। ਤਾਂ ਫਿਰ ਘੋੜੀ ਬੰਨਣਾ ਬੇਬੇ। ਮੱਤਾ ਦੇਦਾ ਜੀ। ਜਿਉਂਦਾ ਰਹਿ ਪੁੱਤ। ਠੀਕ ਠਾਕ ਜੇ? ਜਵਾਨੀਆ ਮਾਣੀ। ਮੱਤਾ ਦੇਦਾ ਬਾਪੂ, ਠੀਕ ਠਾਕ ਜੇ? ਹੱਕ ਪੈਂਦੀ ਬਾਪੂ ਨੂੰ? ਹੱਕ ਕਾਹਨੂੰ ਪੈਂਦੀ ਆ ਪੁੱਤ, ਆ ਸੱਪ ਲੜ ਗਿਆ ਸੀ ਤਾਂ ਹੀ ਤਾਂ ਬੋਲਣ ਰਹਿ ਗਿਆ। ਅੱਛਾ,
ਜੀਭ ਤੇ ਲੜਾ ਲਿਆ ਸੱਪ, ਖੁੱਡਾਂ ਚ ਆਂਡੇ ਲੱਗਦੇ। ਜੀਭ ਤੇ ਨੀ ਲੜਿਆ, ਆ ਟੰਗ ਤੇ ਲੜ ਗਿਆ ਸੀ, ਤਾਂ ਹੀ ਤਾਂ ਪਾਸਾ ਮਾਰਿਆ ਗਿਆ ਇਹਦਾ। ਅੱਛਾ, ਫਿਰ ਤੁਸੀਂ ਇੱਕ ਕੰਮ ਕਰੋ। ਕੀ ਪੁੱਤ? ਸਵੇਰੇ ਉੱਠ ਕੇ ਨਾ ਅੱਖ ਦੇ ਦੋ ਪੱਤੇ ਕੁੱਟ ਕੇ ਨਿਰਣੇ ਘਾਲ ਜੇ, ਇਹਨਾਂ ਦੀ ਲੱਤ ਨਾ ਬੰਨੋ। ਇੱਕ ਗੱਲ ਆ, ਅੱਗੇ ਵੀ ਮੈਂ ਇੱਕ ਕਿਸੇ ਵੀਡੀਓ ਦੇ ਵਿੱਚ ਗੱਲ ਕੀਤੀ ਸੀਗੀ ਵੀ ਜਿੱਦਾਂ ਕੋਈ ਵੀ ਰਾਹਗੀਰ ਹੁੰਦਾ ਸੀ ਹਨਾ, ਆਪਣੇ ਗੇਟ ਖੁੱਲੇ ਹੁੰਦੇ ਸੀ ਬਾਹਰ, ਡੇੜੀ ਹੁਣ ਗੇਟ ਹੋਣਾ, ਗੇਟ ਤੋਂ ਅੰਦਰ ਵੜ ਜਾਣਾ, ਡੇੜੀ ਹੁੰਦੀ ਹੁੰਦੀ ਸੀ। ਜਿੰਨੇ ਵੀ ਆਪਣੇ ਜਿਮੀ ਜੱਟ ਜਿਮੀਦਾਰਾਂ ਦੇ ਘਰ ਸੀ ਹਨਾ, ਉਹਨਾਂ ਦੇ ਡੇੜੀ ਹੁੰਦੀ ਸੀ ਬੈਠਕ, ਜਿਹਨੂੰ ਡੇੜੀ ਕਹਿ ਲਓ, ਬੈਠਕ ਕਹਿ ਲਓ, ਇੱਕੋ ਚੀਜ਼। ਫਿਰ ਉਹ ਤੋਂ ਅੱਗੇ ਆ ਕੇ ਵਿਹੜੇ ਦੇ ਵਿੱਚ ਜਿਹੜੇ ਸ਼ੁਰੂ ਹੁੰਦਾ, ਉੱਥੇ ਮੰਜੇ ਡੱਠੇ ਹੀ ਹੁੰਦੇ ਸੀ, ਮੰਜੇ ਕਹਿ ਲਓ, ਦੀਵਾਨ ਕਹਿ ਲਓ ਹਨਾ, ਵੀ ਲੱਕੜ ਵਾਲੇ ਵੀ ਉਹ ਵੱਡਾ ਜਿਹੜਾ ਹੁੰਦਾ ਸੀ ਉਹਨੂੰ ਦੀਵਾਨ ਕਹਿ ਦਿੰਦੇ ਸੀ। ਉਹਦੇ ਤੇ ਮੋਸਟਲੀ ਘਰ ਦਾ ਲਾਣੇਦਾਰ ਬਹਿੰਦਾ ਹੁੰਦਾ ਸੀਗਾ ਹਨਾ, ਵੀ ਜਿਹੜਾ ਦੀਵਾਨ ਉਹਦੇ ਤੇ ਲਾਣੇਦਾਰ ਨੇ ਬਹਿਣਾ ਤੇ ਬਹਿਣਾ ਸਿਰਾਣੇ ਵਾਲੇ ਪਾਸੇ, ਤੇ ਲਾਣੇਦਾਰ ਦੇ ਕੋਈ ਸਿਰਾਣੇ ਵਾਲੇ ਪਾਸੇ ਕੋਈ ਬਹਿ ਨਹੀਂ ਸੀ ਸਕਦਾ ਹੁੰਦਾ। ਤੇ ਦੂਜੀ ਗੱਲ, ਕੋਈ ਰਾਹਗੀਰ ਕੋਈ ਲੰਘਿਆ ਵੜਦਾ ਜਾਂ ਕਿੱਦਾਂ ਹਨਾ, ਜਿਹੜੇ ਮਰਜ਼ੀ ਘਰ ਜਾ ਕੇ ਕਹਿ ਦੇਵੇ ਜੀ ਤਾਂ ਵੀ ਚਾਹ ਲੱਸੀ, ਚਾਹ ਤਾਂ ਨਹੀਂ ਕਹਿ ਰਹੇ, ਇਹ ਤਾਂ ਗੋਰਿਆਂ ਨੇ ਲਿਆਂਦੀ ਪੰਜਾਬ ਦੇ ਵਿੱਚ, ਵੀ ਵੀ ਮਾਂ ਕੋਈ ਲੱਸੀ ਇੰਨਾ ਮੱਖਣ ਪਾ ਕੇ ਦੇਣਾ, ਲੱਸੀ ਦਾ ਇੱਡਾ ਗਲਾਸ ਭਰ ਕੇ ਦੇਣਾ, ਹੁਣ ਮੇਰੇ ਵਰਗੇ ਨੂੰ ਆ ਇੱਕ ਕੱਪ ਨਹੀਂ ਪਾਏਦਾ, ਸੋਚਣ ਵਾਲੀ ਗੱਲ ਆ। ਦੇ ਵੀ ਰੋਟੀਆਂ ਖਾਣੀਆਂ ਯਾਰ, ਉੱਤੇ ਇੰਨਾ ਇੰਨਾ ਤਾਂ ਘੇ ਮੱਖਣ ਪਾ ਕੇ ਤੇ ਕੰਮ ਸਾਰਾ ਖੇਤ ਕਹੀ ਦੇ ਨਾਲ ਹੀ ਗੁੜ ਦੇਣਾ ਹਨਾ, ਸਿਹਤਾਂ ਸੀ ਮਸਲ ਬਣੇ ਹੁੰਦੇ ਸੀਗੇ, ਤਾਂ ਯਾਰ ਰੋਟੀਆਂ ਛੇ ਛੇ ਸਾਢੇ ਛੇ ਛੇ ਫੁੱਟ ਸੱਤ ਸੱਤ ਫੁੱਟ ਉੱਚੀਆਂ ਦੇਹਾਂ ਗੁੜੀ ਚੋਂ, ਇੰਨੀ ਤਾਂ ਖੁਰਾਕ ਹੁੰਦੀ ਸੀ, ਤੇ ਬਹੁਤ ਵਧੀਆ ਮਾਹੌਲ ਸੀ ਯਾਰ ਸਾਡੇ ਪਿੰਡ ਹਨਾ, ਪਰ ਹਜੇ ਵੀ ਪਿੰਡ ਆਪਣੇ ਬਹੁਤ ਵਧੀਆ ਯਾਰ, ਆਪਣੇ ਪਿੰਡਾਂ ਨਾਲ ਦੀ ਕੋਈ ਰੀਸ ਨੀ। ਇਹ ਕੋਈ ਘਰ ਦਾ ਵੱਡਾ ਮੁੰਡਾ ਕਰੇ ਤਾਂ ਬਹੁਤ ਵਧੀਆ ਗਾ। ਲੈ ਪੁੱਤ, ਸਾਰਾ ਟੱਬਰ ਦਾ ਵਿਆਹ ਤੇ ਗਿਆ ਹੋਇਆ, ਘਰ ਚ ਮੈਂ ਇਹ ਤੇ ਆ ਮੇਰੀ ਪੋਤੀ ਆ। ਲੱਸੀ ਹੋ ਗਿਆ, ਪਤਾ ਨੀ ਕਿਹੜੇ ਗੁੱਸੇਲੇ ਸੁਪਨੇ ਵੱਡੇ ਆ, ਨਾ ਤਾਂ ਘਰ ਚ ਆਏਗਾ ਇਹਨੂੰ ਚੱਲਦਾ, ਨਾ ਉਹ ਜਵਾਕੜੀ ਨੂੰ ਚੱਲਦਾ। ਬਸ ਕਰ ਪੁੱਤ, ਛੱਡ ਇਹਦਾ ਖੜਾ। ਮੇਰੀ ਪੋਤੀ ਨਾ ਬਾਹਲੀ ਸਿਆਣੀ ਹੈ, ਕਰੋਸ਼ੀਆ ਬੁਣ ਲੈਂਦੀ ਹੈ, ਨਾਲੇ ਬਣਾ ਲੈਂਦੀ ਹੈ, ਤੇ ਦਰੀਆਂ ਤੇ ਨਮੂਨੇ ਪਾ ਲੈਂਦੀ ਹੈ, ਤੇ ਗੋਹਾ ਕੂੜਾ ਤਾਂ ਐਡਾ ਸੋਹਣਾ ਕਰਦੀ ਹੈ, ਭੁੰਜੇ ਨੀ ਡਿੱਗਣ ਦਿੰਦੀ। ਬੇਬੇ ਜਿਹੜਾ ਮੈਂ ਪੜ੍ਹੀ ਆ ਉਹ ਲੈ, ਆਹ ਤਾਂ ਮੈਂ ਭੁੱਲ ਹੀ ਗਈ ਸੀ, ਮੇਰੀ ਪੋਤੀ ਇੱਕ ਜਮਾਤ ਪੜ੍ਹੀ ਹੋਈ ਹੈ, ਆਪਦਾ ਨਾਂ ਐਡਾ ਸੋਹਣਾ ਲਿਖਦੀ ਹੈ ਨਾ, ਬਸ ਪੁੱਛ ਹੀ ਨਾ। ਅੰਗੂਠਾ ਲਾਉਣ ਨਾਲੋਂ ਬੰਦਾ ਆਪਦਾ ਨਾਂ ਸੋਹਣਾ ਲਿਖ ਲੇ, ਹੋਰ ਬੰਦੇ ਨੂੰ ਕੀ ਚਾਹੀਦਾ ਪੁੱਤ? ਆਹੋ ਬੇਬੇ, ਜੇ ਧੀ ਪੁੱਤ ਇੰਨਾ ਪੜ੍ਹਿਆ ਲਿਖਿਆ ਹੋਵੇ ਤੇ ਘਰ ਵਾਲਾ ਚੰਗਾ ਲੱਭਿਆਂਦਾ। ਆ ਪੁੱਤ, ਤੂੰ ਕੋਈ ਆਪਦੇ ਇਲਾਕੇ ਦੇ ਚੰਗਾ ਮੁੰਡਾ, ਸਾਡੇ ਤਾਂ ਇੱਧਰ ਬਾਹਲੇ ਬੁਰਾ ਹਾਲ ਹੈ, ਇੱਧਰ ਧੀ ਪੁੱਤ ਵਿਆਹਤਾ ਨਾ ਤਾਂ ਡੋਬਣ ਵਾਲਾ ਹੀ ਹਾਲ ਹੈ ਪੁੱਤ। ਆਹੋ ਵੀ ਮੈਂ ਲਾਇਆ ਹਿਸਾਬ, ਇੱਥੇ ਨਾ ਤੇ ਕੋਈ ਤੇ ਖੂਹ ਹੀ, ਛੱਪੜਾਂ ਦੇ ਮੰਦੇ ਹਾਲ ਵਿੱਚ, ਡੰਗਰ ਪਾਣੀ ਪੀਂਦੇ ਵਿੱਚ ਹੀ, ਬੰਦੇ ਪਾਣੀ ਪੀਂਦੇ, ਜੰਗਲੀ ਲੋਕ ਇੱਥੇ, ਨਾ ਕਿਸੇ ਨੂੰ ਖਾਣ ਦਾ ਪਤਾ, ਨਾ ਇੱਥੇ ਬੇਬੇ ਕਿਸੇ ਨੂੰ ਪੀਣ ਦਾ ਪਤਾ। ਇੰਨੇ ਮਾੜੇ ਨੀ ਭਾਈ ਜਿੰਨਾ ਤੂੰ ਕਹਿ ਗਿਆ। ਲੈ ਬੇਬੇ, ਤੂੰ ਤਾਂ ਗੁੱਸਾ ਹੀ ਕਰ ਗਈ, ਫਿਰ ਮੈਂ ਚੱਲਦਾ। ਚੰਗਾ ਬਾਪੂ, ਮੱਤਾ ਟੇਕਦਾ, ਚੱਲਦਾ ਫਿਰ ਮੈਂ, ਕਿਹੜਾ ਗੁੜਾ ਮਾਰਦਾ ਰਹੂੰਗਾ। ਹੌਲੀ ਬੋਲ ਭਾਈ, ਜਵਾਨ ਹੀ ਗਈ ਆ, ਕੰਨ ਤਾਂ ਨਹੀਂ ਗਏ। ਬੇਬੇ ਵੀ ਨਾ ਕਿਸੇ ਵੀ ਰਾਹ ਜਾਂਦੇ ਨਾਲ ਸਕੀਰੀ ਕੱਢ ਲੈਂਦੀ ਆ। ਆਪਣਾ ਬੇਬੇ ਲੱਸੀ ਆਨੀ ਮਾਰੋ, ਆ ਲੱਸੀ ਦਾ ਗਲਾਸ ਲੈ ਕੇ ਆਈ ਪੁੱਤ, ਮੁੱਕ ਗਈ ਨੀ, ਆ ਕਿਵੇਂ ਮੁੱਕ ਗਈ ਕਮਲੀਏ? ਚੱਲ ਕੋਈ ਨਾ ਬੇਬੇ, ਮੈਂ ਕਿਹੜਾ ਪੀਣੀ, ਮੈਂ ਤੇ ਬਸ।
ਸਕੂਲੀ ਪੁੱਛਦਾ ਸੀ। ਚੱਲ ਕੋਈ ਨੀ ਬੇਬੇ, ਪਾਣੀ ਜੀ ਪਿਆ ਆਪਾਂ। ਤੂੰ ਬੈਠ ਪੁੱਤ ਤੋਂ ਲੈ ਕੇ ਆਉਂਦੀ ਆ। ਉਹ ਲੈ ਕੋਈ ਨਾ ਬੇਬੇ, ਤੁਹਾਡੇ ਘਰ ਦਾ ਮੁੰਡਾ ਮੈਂ। ਮਾਸੀ ਦੇ ਮੁੰਡੇ ਦੀ ਕੁੜੀ ਦੀ ਗੱਲ ਸਹੁਰੇ ਸਕੀਰੀ ਚ ਪੈ ਨਾ ਬੇਬੇ, ਘਰ ਦੀ ਗੱਲ ਹੋਈ ਕਿ ਨਾ। ਲੈ ਹੁਣ ਤੈਨੂੰ ਕੀ ਹੋ ਗਿਆ, ਜਿਹੜਾ ਬੰਦਾ ਮੇਰੀ ਸਕੀਰੀ ਚ ਹੋਵੇ ਨਾ ਇਹਨੂੰ ਭੈੜੇ ਹੀ ਲੱਗਦਾ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਉਹ ਪਾਣੀ ਲੈਣਾ ਸੀ ਬਾਪੂ ਆਤੇ, ਬੜੇ ਗੁੱਸੇ ਲੱਗਦੇ ਜੀ। ਉਹ ਜਦੋਂ ਕੱਲ੍ਹ ਤੁਸੀਂ ਲੱਸੀ ਲੈ ਕੇ ਆਏ ਨਾ, ਮੈਂ ਕਦੇ ਤੁਹਾਡੀਆਂ ਅੱਖਾਂ 'ਚ ਵੇਖ ਬੈਠਾ, ਮੈਨੂੰ ਸੁੱਝੇ ਕੁਛ ਨਹੀਂ, ਕੋਈ ਸਾਹ ਵੀ ਨਹੀਂ ਰਿਹਾ, ਗਲਾਸ ਕਿੱਥੇ ਤੇ ਉਂਗਲਾਂ ਕਿੱਥੇ। ਪਰ ਤੁਹਾਡੀਆਂ ਅੱਖਾਂ ਹੈਗੇ ਨੇ ਸੋਹਣੇ ਨੇ ਨਾ, ਕੋਈ ਵੀ ਡੁੱਬ ਕੇ ਮਰ ਸਕਦਾ। ਬੇਬੇ ਓਏ, ਕੋਈ ਨਹੀਂ ਕੋਈ ਨਹੀਂ ਕੋਈ ਮਾੜੋ ਕਰਤੀ ਕਨਫਿਊਜ਼ ਜੱਟ ਨੇ, ਭੌਂਕਿਆ ਕੇ ਜੱਟ ਨੇ ਕਰਤੀ ਕਨਫਿਊਜ਼। ਬੜੀ ਮਾੜੀ ਗੱਲ ਹੈ ਯਾਰ, ਬੜੀ ਗਲਤ ਗੱਲ ਆ। ਚੱਲ ਇਹ ਨਹੀਂ ਵੇ, ਸਗੋਂ ਵਧੀਆ ਵੀ ਗੱਲ ਆ, ਮਾਂ ਅੱਗੇ ਦੀ ਅੱਗੇ ਵਧੀਆ ਹੀ ਹੁੰਦਾ ਹੁੰਦਾ, ਅਤੇ ਇਹਨੂੰ ਰਹਿਣ ਦਿਓ ਕਨਫਿਊਜ਼ਡ। ਅਤੇ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਤੁਸੀਂ ਕਰੋ ਸਬਸਕ੍ਰਾਈਬ, ਅਤੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਅਤੇ ਬਾਕੀ ਕੈਰੀ ਔਨ ਜੱਟਾ ਅਤੇ ਹੋਰ ਬਹੁਤ ਮੂਵੀਆਂ ਪਈਆਂ ਆਪਣੇ, ਉਹ ਵੀ ਦੇਖਿਓ। ਅਤੇ ਹੁਣ ਆਪਾਂ ਨਾਲ ਦੀ ਨਾਲ ਇੱਕ ਹੋਰ ਸੀਰੀ ਸ਼ੁਰੂ ਕਰਨ ਲੱਗੇ ਹਾਂ। ਕਿਹੜੀ ਸੀ ਯਾਰ, ਇਹਦੀ ਹੋਈ ਐਮ ਏ ਵਰਕ ਦੀ, ਲੈ ਦਿਮਾਗ 'ਚ ਕੀ ਮਤ ਕਿਆ ਮਤ ਪਤਾਈਆਂ ਯਾਰ। ਚੱਲ ਨਹੀਂ ਵੇ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਰੱਬ ਰਾਖਾ ਜਿਉਂਦੇ ਵਾਸਤੇ ਰੋ ਜਵਾਨੀਆਂ ਮਾਣੋ। ਚੰਗਾ ਜੀ, ਸਤਿ ਸ਼੍ਰੀ ਅਕਾਲ।